तुसी दसो किन्ना क इलाज होया ते किन्ना क नशा बंद होया। नशा बंद नहीं होया, नशा महंगा जरूर होया। आ कारा भी जेड़ा होया नशे कारण होया। पता नहीं किन्ने किथे मेनू लुट लेना ते किन्ने किनू मार देना। बेहद दर्दनाक मामला तरन तारण दे पिंड कोट दाता तो सामने आया है, जिथे एक नौजवान ने लुट दी मनशा नाल अपनियां ही चचेरियां भैणां ते इक भरा नूं मौत दे घाट उतार दिता है। इत्थे बस नहीं, हत्याकांड नूं अंजाम दे के फरार हुंदे समय कातल भी हादसे दा शिकार होया है ਅਤੇ ਮੌਤ ਦੇ ਮੂੰਹ ਵਿੱਚ ਚਲਾ ਗਿਆ, ਜਿਸ ਤੋਂ ਬਾਅਦ ਭੜਕੇ ਪਿੰਡ ਦੇ ਲੋਕਾਂ ਨੇ ਪੁਲਿਸ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਪੁਲਿਸ ਦੀਆਂ ਗੱਡੀਆਂ ਦੀ ਭੰਨ ਤੋੜ ਕੀਤੀ ਹੈ। ਪਿੰਡ ਵਾਸੀਆਂ ਨੇ ਮੌਕੇ ਤੇ ਫੜੇ ਇੱਕ ਦੋਸ਼ੀ ਦੀ ਵੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਹੈ। ਲੋ ਦੇਖ ਲੋ ਪ੍ਰਸ਼ਾਸਨ ਦੀਆਂ ਅਣਗਹਿਲੀਆਂ ਦਾ ਇਹ ਨਤੀਜਾ। दस दिए कि मृतकों में दो लड़कियां ते एक लड़का शामिल है, जो कि सके भैन भरा सी, जिन्हां नूं नौजवान ने अपने साथी नाल मिल के मौत दे घाट उतारिया है। उधर पुलिस ते भी कई तरह के सवाल खड़े हुए ने। ए की वाकया होया वा? हाय दवाई लैन से दियां गईयां सी सर सिंह ओते ओते हाय ते आ गां गंतरे पी बाई पै गए ने। हाय ई नी वेख्या कवां ते हाय लुट खोकर लगे नशे की गल हो गई सी। तो की दवाई मांग कर दी, ਕੀ ਮੰਗ ਕਰਦੀ ਸਰਕਾਰ ਵਾਸਤੇ ਜਿਹੜਾ ਤੁਹਾਡਾ ਕਿੰਨਾ ਕੁਝ ਕੀਤਾ ਗਿਆ ਭਾਰਤ ਬੰਨ ਮੰਗਵੇ ਇਸ ਗੱਲ ਤੇ ਕਈ ਬੰਨ ਪਾਉਣੇ ਨਾ ਸਾਬ ਚਾਹੀਦਾ ਕੀ ਲੈਣਾ ਸੀ ਇਹ ਨਾ ਕੁਝ ਕੋਈ ਮਦਦ ਕਰ ਰਹੀ ਆ ਕੁਝ ਕੋਈ ਮਦਦ ਕਰ ਰਹੀ ਤੁਹਾਡੀ ਉਸ ਪਾਸ ਕੋਈ ਨਹੀਂ ਮਦਦ ਕਰਦੀ ਪਹਿਲਾਂ ਲਿਆਉਂਦੇ ਨਹੀਂ ਆ ਕਿ ਸਾਡੇ ਇੱਥੇ ਲਿਆਓ ਜੀ ਮੁੰਡੇ ਨੂੰ ਉੱਥੇ ਜਾ ਕੇ ਉਹਨਾਂ ਫੜ ਲਿਆ ਇੱਕ ਜਾਣ ਨੂੰ ਮੰਜੀ ਸਾਹਿਬ ਗੁਰਦਾਰੇ ਲਾਗੇ ਉਹਨਾਂ ਤੋਂ ਪੁਲਿਸ ਲੈ ਗਈ ਆ ਫੜ ਕੇ ਉਹਨੂੰ ਸਰਿਆਰੀ ਥਾਣੇ ਚ ਇਹੀ ਆ ਕਿ ਇੱਥੇ ਲਿਆਓ ਅਸੀਂ ਵੀ ਨਾਲ ਹੀ ਮਾਰਨਾ ਕਿੰਨਾ ਇਲਾਜ ਹੋਇਆ ਤੇ ਕਿੰਨਾ ਕ ਨਸ਼ਾ ਬੰਦ ਹੋਇਆ। ਨਸ਼ਾ ਬੰਦ ਨਹੀਂ ਹੋਇਆ, ਨਸ਼ਾ ਮਹਿੰਗਾ ਜ਼ਰੂਰ ਹੋਇਆ ਤੇ ਸਾਰਿਆਂ ਨੂੰ ਪਹਿਲਾਂ ਨਾਲੋਂ ਵੱਧ ਮਿਲਦਿਆ। ਆ ਕਾਰਾ ਵੀ ਜਿਹੜਾ ਹੋਇਆ ਨਸ਼ੇ ਕਾਰਨ ਹੋਇਆ। ਨਸ਼ਾ ਜਿਹੜਾ ਲੈ ਕੇ ਬਹਿ ਗਿਆ ਸਾਡੇ ਪੰਜਾਬ ਨੂੰ, ਜਿਹੜਾ ਪੰਜਾਬ ਸਾਡਾ ਸੋਨੇ ਦੀ ਚਿੜੀ ਸੀ, ਉਹ ਸੋਨੇ ਦੀ ਚਿੜੀ ਛੱਡੋ, ਉਹਦੇ ਤੇ ਪੱਲੇ ਹੀ ਨਹੀਂ ਇਹਨਾਂ ਕੁਝ ਰਹਿਣ ਤਾ। ਲੁੱਟ ਕੇ ਖਾ ਗਏ ਇਹਨਾਂ, ਖੰਭ ਪੁੱਟ ਲਏ ਸਾਡੇ ਪੰਜਾਬ ਦੇ। ਆ ਵੇਖੋ ਜਿਹੜਾ ਸਾਡੇ ਨਾਲ ਅੱਜ ਕਾਰਾ ਹੋ ਗਿਆ ਤੇ ਜਿਹੜਾ ਚੰਗਾ ਬੰਦਾ ਵਾ ਉਹ ਘਰੋਂ ਨਿਕਲਣ ਤੋਂ ਡਰਨ ਦਿਆ ਵੀ ਪਤਾ ਨਹੀਂ ਕਿੰਨੇ ਕਿੱਥੇ ਮੈਨੂੰ ਲੁੱਟ ਲੈਣਾ ਤੇ ਕਿੰਨੇ ਕਿਨੂੰ ਮਾਰ ਦੇਣਾ। ਤੇ ਜੇ ਉਹ ਹਾਲਤ ਰਹੇ ਤੇ ਸਾਡਾ ਜਿਹੜਾ 1984 ਤੋਂ ਬਾਅਦ ਅੱਤਵਾਦ ਆਇਆ ਤੇ ਅੱਤਵਾਦ ਚੱਲਣ ਦਿਆ, ਮਿੱਠਾ ਅੱਤਵਾਦ ਚੱਲਣ ਦਿਆ, ਇਹ ਡਰਾ ਲੈਂਦੇ ਆ। ਜਿਹੜਾ ਕੋਈ ਬੋਲਦਾ ਉਹਨੂੰ ਡਰਾ ਲੈਂਦੇ ਵੀ ਪਰਚਾ ਕਰਾ ਦਾਂਗੇ, ਤੇ ਡਰਦਾ ਸਾਡਾ ਕੋਈ ਵੀਰ ਬੋਲਦਾ ਨਹੀਂ। ਇੱਥੇ ਵੀਰੋ ਹੁਣ ਬੋਲਣ ਦੀ ਲੋੜ ਜੇ ਤੇ 2022 ਚ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਓ ਤੇ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਨੂੰ ਅੱਗੇ ਲੈ ਆਓ ਜੇ ਪੰਜਾਬ ਨੂੰ ਬਚਾਉਣਾ ਜੇ ਤੇ, ਨਹੀਂ ਤੇ ਇਹਨਾਂ ਸਾਡੇ ਪੰਜਾਬ ਨੂੰ ਅੱਗੇ ਵੀ ਖਾ ਗਏ ਆਏ। ਇਹਨਾਂ ਆਪਦੇ ਢਿੱਡ ਤੇ ਆਪਦੀਆਂ ਜੇਬਾਂ ਭਰਨ ਵਾਲੇ ਧਿਆਨ ਰੱਖਿਆ ਤੇ ਜਿਹੜਾ ਹਲਕਾ ਵਿਧਾਇਕ ਹੁੰਦਾ ਜਾਂ ਐਮ ਪੀ ਹੁੰਦਾ ਇਹ ਸੇਵਾਦਾਰ ਬਣ ਨੂੰ ਆਉਂਦੇ ਆ, ਨਾ ਕਿ ਹਿੱਸੇ ਪੱਤੀਆਂ ਲੈਣ ਨੂੰ ਆਉਂਦੇ ਆ। ਤੇ ਐਸ ਐਚ ਓ ਨੂੰ ਤੁਸੀਂ ਵੇਖਿਆ ਜਿਹੜੀ ਪਿਛਲੇ ਦਿਨੀ ਆਡੀਓ ਵਾਇਰਲ ਹੋਈ ਉਹਨੂੰ ਦਬਕਾਇਆ ਗਿਆ ਤੇ ਉਹਦੇ ਬਾਅਦ ਦੇਖੋ ਸਰਪੰਚਾਂ ਨੂੰ ਵੀ ਐਵੇਂ ਨਹੀਂ ਕਰਨਾ ਚਾਹੀਦਾ। ਜੇ ਵਿਧਾਇਕ ਨੇ ਦਬਕਾ ਮਾਰਿਆ ਤੇ ਉਹਦੇ ਆਖੇ ਲੱਗ ਕੇ ਉਹਨਾਂ ਵੀ ਐਸ ਐਚ ਓ ਦਾ ਵਿਰੋਧ ਕੀਤਾ, ਆਹ ਨਤੀਜਾ ਜੇ ਵੀਰੋ ਐਸ ਐਚ ਓ ਬਦਲਵਾਉਣ ਦਾ। ਜੇ ਉਹ ਇਮਾਨਦਾਰ ਐਸ ਐਚ ਓ ਇੱਥੇ ਲੱਗਾ ਹੁੰਦਾ ਹੋ ਸਕਦਾ ਸੀ ਆਹ ਕਤਲੇਆਮ ਨਾ ਹੁੰਦਾ।
ओ वीरो सरपंचो ओ तुही भी सियाने पांचो पैसे तो उन्होंने ले लेने जेबा उन्हें भर लेनिया ते तुही लोगों की सेवा करो ना कि जेड़ा कोई ईमानदार अफसर है उसका विरोध करो ना उस एस एच ओ की बदली होंगी ते ना काम हुंदा क्योंकि जेड़ा अफसर कोई समा कढ़िया हुंदा उन्हें पता हुंदा केड़ा लटेरा केड़ा चंगा बंदा ते वीरो एता ना करिए ये जे अज इन्हों की वारी आई है तो कल हो सकता है आके अपने घरे भी वर जाए ते वारी 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 आउंदी हुंदी जे ते जदों किसी दे घरे अग लगी होवे ना उदों बसंतर लगदा हुंदा ते जदों खुद दे घरे अग लगी होवे पता उदों लगदा ते वीरो ये बेनती आ जिहड़ा गलत बंदा ना भावे वह कोई सरपंच होवे भावे MLA होवे वह गलत बंदे का साथ ना दिया करो जिहड़ा बंदा सही आ उहदे नाल खड़ के स्टैंड लिया करो जे वह ईमानदार SHO ही वह सगों उहनूं सन्मानित कर दे भी उहने MLA जिहड़ा गलत काम करन नूं कहन दिया ही उहदा साथ नहीं दिता ते आपां ਉਹ MLA ਦੇ ਮਗਰ ਲਾ ਕੇ ਹੱਥ ਠੋਕੇ ਬਣ ਕੇ ਆਪਾਂ ਵਿਰੋਧ ਕਰਨ ਲੱਗ ਪੈਂਦੇ ਹਾਂ ਮੇਰੀ ਇੰਨੀ ਬੇਨਤੀ ਆ ਵੀ ਆਹ ਜਿਹੜੇ ਕੰਮ ਹੁੰਦੇ ਆ ਇਹ ਕੰਮ ਰੋਕਣ ਵਾਸਤੇ ਸਾਰੇ ਇੱਕ ਮੁੱਠ ਹੋ ਜਾਓ ਇਹ ਇੰਨੀਆਂ ਹੀ ਗੱਲਾਂ ਕਰਦਾ ਦਾਸ ਕੀਮਾਂ ਦਾ ਜਾਜ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਉੱਧਰ ਮੌਕੇ ਤੇ ਪਹੁੰਚੇ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਵੀ ਉਹੀ ਰਟਿਆ ਰਟਾਇਆ ਜਵਾਬ ਸੀ ਕਿ ਭਾਈ ਤਫਤੀਸ਼ ਕੀਤੀ ਜਾ ਰਹੀ ਹੈ ਲੋ ਸੁਣ ਲਓ ਜਨਾਬ ਦਾ ਬਿਆਨ ਵੀ ਜ਼ਰੂਰੀ ਹੈ ਸੁਣਨਾ दोष है पुलिस का भी कुछ रोल रहा दोषण छुड़ा पुलिस का भी कोई रोल रहा दोषण छुड़ा मुढ़ली जांच की सामने आया लड़की दी पई है एक लड़के दी है एक लड़की अपने दा वैरी बनया जिथे इसने होरां दी जानता लई ही अपनी भी जान गवा गया सो इस वड्डी वारदात वापरन तो बाद प्रशासन दी अखां शायद खुल गईआं होणीआं ने जे नहीं तो फिर जनता का तो रब ही आख है। तरन तारण तो दिलबाग सिंह की रिपोर्ट स्पोक्समैन।